ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪਾਲ ਸਿੰਘ, ਬਰਾੜ ਨਿਊਜ਼ ਨੰਬਰ ਤੇ ਤੁਹਾਡਾ ਸਵਾਗਤ ਹੈ। ਇਹ ਦਿਨ ਜੋ ਚੱਲ ਰਹੇ ਨੇ ਸਿੱਖਾਂ ਵਾਸਤੇ ਬੜੇ ਭਾਗਾਂ ਭਰੇ ਨੇ, ਖੁਸ਼ੀਆਂ ਭਰੇ ਨੇ, ਕਿਉਂਕਿ ਸਾਨੂੰ ਸਾਡੇ ਬਾਬੇ ਨਾਨਕ ਦੇ ਉਸ ਜਗ੍ਹਾ ਤੇ ਜਿੱਥੇ ਸਾਡੇ ਬਾਬੇ ਨਾਨਕ ਨੇ ਖੇਤੀਬਾੜੀ ਕੀਤੀ, ਜਿੱਥੇ ਸਾਡੇ ਬਾਬੇ ਨਾਨਕ ਨੇ ਜ਼ਿੰਦਗੀ ਦੇ ਆਖਰੀ 18 ਸਾਲ ਗੁਜ਼ਾਰੇ, ਜਿੱਥੇ ਸਾਡਾ ਬਾਬਾ ਨਾਨਕ ਸਾਨੂੰ ਛੱਡ ਕੇ, ਇਸ ਦੁਨੀਆ ਨੂੰ ਛੱਡ ਕੇ ਅਲਵਿਦਾ ਕਹਿ ਗਿਆ, ਉਸ ਜਗ੍ਹਾ ਤੇ ਜਾਣ ਦਾ ਸਿੱਖਾਂ ਨੂੰ ਮੌਕਾ ਮਿਲ ਰਿਹਾ। ਦੋਨਾਂ ਸਰਕਾਰਾਂ ਨੇ ਫੈਸਲਾ ਕੀਤਾ ਰਲ ਕੇ ਕਿ ਉੱਥੋਂ ਦਾ ਇੱਕ ਰਸਤਾ ਖੁੱਲ੍ਹੇਗਾ, ਜਿਹੜਾ ਭਾਰਤੀ ਲੋਕ, ਜਿਹੜੇ ਪੰਜਾਬੀ ਸਿੱਖ ਲੋਕ, ਉਹ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰ ਸਕਦੇ ਨੇ, ਜੋ ਇਹਨਾਂ ਦੀ ਪੁਰਾਣੀ ਮੰਗ ਸੀ। ਕਰਤਾਰਪੁਰ ਸਾਹਿਬ ਗੁਰਦੁਆਰਾ ਸਾਡੇ ਲਈ ਖਾਸ ਕਿਉਂ? ਵੈਸੇ ਖਾਸ ਆਮ ਕੁਛ ਨਹੀਂ ਹੁੰਦਾ, ਗੁਰਦੁਆਰੇ ਸਾਡੇ ਲਈ ਸਾਰੇ ਖਾਸ ਨੇ, ਪਰ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਸਤੇ, ਉੱਥੇ ਦਰਸ਼ਨ ਕਰਨ ਵਾਸਤੇ ਸੰਗਤ ਕਿਉਂ ਉਤਾਵਲੀ ਸੀ, ਉੱਥੋਂ ਦੇ ਕੋਰੀਡੋਰ ਖੁੱਲ੍ਹਣ 'ਤੇ ਸਾਡੇ ਵਿੱਚ ਇੰਨੀ ਖੁਸ਼ੀ ਕਿਉਂ ਹੈ, ਆਓ ਅੱਜ ਤੁਹਾਨੂੰ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਇਤਿਹਾਸ ਦੱਸਦੇ ਹਾਂ। ਕਰਤਾਰਪੁਰ ਸਾਹਿਬ ਵਸਿਆ ਕਿੱਦਾਂ, ਕਰਤਾਰਪੁਰ ਸਾਹਿਬ ਦੀ ਖਾਸੀਅਤ ਕੀ ਹੈ, ਅਤੇ ਗੁਰੂ ਨਾਨਕ ਸਾਹਿਬ ਦਾ ਉਹਨਾਂ ਦੇ ਨਾਲ, ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨਾਲ ਕੀ ਰਿਸ਼ਤਾ ਹੈ। ਪ੍ਰੈਸ ਦਿ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ newsnumber.com। ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਦੁਨੀਆ ਦਾ ਸਭ ਤੋਂ ਪਹਿਲਾਂ ਗੁਰਦੁਆਰਾ ਮੰਨਿਆ ਜਾਂਦਾ। ਪਹਿਲੀ ਗੱਲ ਤਾਂ ਇਸ ਨੂੰ ਇਹ ਚੀਜ਼ ਖਾਸ ਬਣਾਉਂਦੀ ਹੈ। ਸਾਡੇ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਇਕੱਲੇ ਸਿੱਖ ਨਹੀਂ, ਪੂਰੀ ਇਨਸਾਨੀਅਤ, ਸਮੁੱਚੀ ਕਾਇਨਾਤ ਪੂਜਦੀ ਹੈ। ਇਹ ਕਹਿ ਕੇ ਪੂਜਦੀ ਹੈ ਕਿ ਉਹ ਸਿਰਫ ਗੁਰੂ ਨਹੀਂ ਸਨ, ਉਹ ਇੱਕ ਵਿਗਿਆਨਕ ਸੀ, ਇੱਕ ਮਾਰਗਦਰਸ਼ਕ ਸੀ। ਉਹਨਾਂ ਨੇ ਭਰਮਾਂ ਤੋਂ ਦੂਰ ਕੀਤਾ, ਉਹਨਾਂ ਵੇਲਿਆਂ ਦੇ ਵਿੱਚ ਇਹੋ ਜਿਹੀਆਂ ਭਵਿੱਖਬਾਣੀਆਂ ਕਰਤੀਆਂ ਜਿਹੜੀਆਂ ਹਾਲੇ ਤੱਕ ਵੀ ਆਉਣ ਵਾਲੇ 100 ਸਾਲਾਂ ਤੱਕ ਵੀ, ਸੈਂਕੜੇ ਸਾਲਾਂ ਤੱਕ ਸੱਚੀਆਂ ਹੁੰਦੀਆਂ ਰਹਿਣੀਆਂ, ਅਤੇ ਕੁਛ ਇਦੋਂ ਪਹਿਲਾਂ ਸੱਚੀਆਂ ਹੋ ਵੀ ਗਈਆਂ, ਜਿਹੜੀਆਂ ਗੁਰੂ ਨਾਨਕ ਦੇਵ ਜੀ ਨੂੰ ਬਾਕੀ ਸਭ ਦੇਵੀ ਦੇਵਤਿਆਂ ਨਾਲੋਂ ਅਲੱਗ ਬਣਾਉਂਦੀਆਂ ਨੇ, ਇੱਕ ਫਕੀਰ ਬਣਾਉਂਦੀਆਂ ਨੇ, ਇੱਕ ਸੱਚਾ ਸੰਤ ਬਣਾਉਂਦੀਆਂ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ ਆਖਰੀ 17-18 ਸਾਲ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਗੁਜ਼ਾਰੇ। ਇੱਥੇ ਉਹਨਾਂ ਨੇ ਖੇਤੀਬਾੜੀ ਕੀਤੀ, ਮਿਹਨਤ ਕੀਤੀ, ਅਤੇ 3 ਸੁਨੇਹੇ ਦਿੱਤੇ। ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ। ਨਾਮ ਜਪੋ, ਪਰਮਾਤਮਾ ਦਾ ਨਾਮ ਲਓ, ਕਿਰਤ ਕਰੋ, ਮਿਹਨਤ ਕਰੋ, ਅਤੇ ਜੋ ਤੁਹਾਨੂੰ ਕਿਰਤ 'ਚੋਂ ਬਣਦਾ ਉਸਨੂੰ ਵੰਡ ਕੇ ਛਕੋ। ਉਹ ਸੁਨੇਹੇ ਅੱਜ ਕੱਲ੍ਹ ਵੀ ਲੋਕ ਫੋਲੋ ਕਰਦੇ ਨੇ। ਹੁਣ ਤਾਂ ਜਿਹੜੇ ਲੋਕ ਨੌਨ ਸਿੱਖ, ਹਿੰਦੂ, ਮੁਸਲਮਾਨ, ਉਹਨਾਂ ਨੂੰ ਤਾਂ ਉਹਨਾਂ ਨੇ ਤਾਂ ਕਰਨੇ ਨੇ। ਜਿਹੜੇ ਬਾਹਰਲੇ ਲੋਕ ਗੋਰੇ ਵੀ ਨੇ, ਜਦੋਂ ਉਹ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਨੂੰ ਪੜ੍ਹਦੇ ਨੇ ਤਾਂ ਉਹ ਵੀ ਕਾਇਲ ਹੋ ਜਾਂਦੇ ਨੇ। ਇਹ ਜੋ 3 ਸਿਧਾਂਤ ਸੀਗੇ, ਇਹ ਉਹਨਾਂ ਨੇ ਕਰਤਾਰਪੁਰ ਸਾਹਿਬ ਵਿਖੇ ਹੀ ਦਿੱਤੇ। ਉਹਨਾਂ ਦੇ ਮਾਤਾ ਪਿਤਾ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਹੁੰਦਿਆਂ ਹੀ ਚੱਲ ਵਸੇ। ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਦੇ ਵਿੱਚ ਜਦੋਂ ਜੋਤੀ ਜੋਤ ਸਮਾਏ ਤਾਂ ਉਦੋਂ ਵੀ ਉਹ ਕਰਤਾਰਪੁਰ ਸਾਹਿਬ ਵਿਖੇ ਹੀ ਸੀ। ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈਣ ਦੇ ਲਈ ਮੁਸਲਮਾਨ ਅਤੇ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਥੋੜ੍ਹਾ ਵਿਵਾਦ ਵੀ ਹੋ ਗਿਆ ਸੀ। ਮੁਸਲਮਾਨ ਕਹਿੰਦੇ ਸਨ ਕਿ ਬਾਬਾ ਨਾਨਕ ਸਾਡਾ, ਇਹਨਾਂ ਨੂੰ ਅਸੀਂ ਦਫਨਾਉਣਾ, ਅਤੇ ਸਿੱਖ ਕਹਿੰਦੇ ਸਨ ਕਿ ਬਾਬਾ ਨਾਨਕ ਸਾਡਾ, ਅਸੀਂ ਇਹਨਾਂ ਨੂੰ ਮਤਲਬ ਅੰਤਿਮ ਸੰਸਕਾਰ ਕਰਨਾ। ਕੁਝ ਲੋਕ ਇਹਨੂੰ ਵੈਸੇ ਐਵੇਂ ਬਣਾਈ ਗੱਲ ਵੀ ਕਹਿੰਦੇ ਨੇ, ਪਰ ਦੱਸਿਆ ਜਾਂਦਾ ਕਿ ਉਹਨਾਂ ਦੇ ਝਗੜੇ ਦੇ ਦੌਰਾਨ ਹੀ ਜਦੋਂ ਗੁਰੂ ਨਾਨਕ ਦੇਵ ਜੀ ਦੇ ਦੇਹ ਦੇ ਉੱਤੋਂ ਕਫਨ ਚੱਕ ਕੇ ਦੇਖਿਆ ਤਾਂ ਉੱਥੇ ਗੁਰੂ ਨਾਨਕ ਦੇਵ ਜੀ ਦੀ ਦੇਹ ਮੌਜੂਦ ਨਹੀਂ ਸੀ। ਉੱਥੇ ਕੁਝ ਫੁੱਲ ਪਏ ਸੀ ਜੋ ਉਹਨਾਂ ਨੂੰ ਅੱਧਾ ਅੱਧਾ ਵੰਡ ਕੇ ਅੱਧੇ ਮੁਸਲਮਾਨਾਂ ਨੇ ਰੱਖ ਕੇ ਉਸਨੂੰ ਦਫਨਾ ਦਿੱਤਾ, ਅਤੇ ਅੱਧੇ ਸਿੱਖਾਂ ਨੇ ਰੱਖ ਕੇ ਉਹਦਾ ਅੰਤਿਮ ਸੰਸਕਾਰ ਕਰ ਦਿੱਤਾ। ਸ਼ਾਇਦ ਇਹ ਵੀ ਗੁਰੂ ਨਾਨਕ ਦੇਵ ਜੀ ਦੇ ਇੱਕ ਸੁਨੇਹਾ ਵਿੱਚੋਂ ਸੁਨੇਹਾ ਸੀ। ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਲੱਖਣ ਇਸ ਲਈ ਹੈ, ਸਾਡੇ ਲਈ ਖਾਸ ਇਸ ਲਈ ਹੈ, ਸਿੱਖ ਉੱਥੇ ਜਾਣ ਲਈ ਉਤਾਵਲੇ ਇਸ ਲਈ ਨੇ ਕਿਉਂਕਿ ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਸੂਝਵਾਨ, ਵੈਸੇ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਲੈ ਕੇ ਸੂਝਵਾਨ ਸੀ, ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਅਤੇ ਬਹੁਤ ਜ਼ਿੰਦਗੀ ਤੋਂ ਨਜ਼ਦੀਕ ਦੇ ਪਲ ਉੱਥੇ ਗੁਜ਼ਾਰੇ ਨੇ। ਆਮ ਤੌਰ 'ਤੇ ਉਹ ਬਹੁਤ ਉਦਾਸੀਆਂ ਤਾਂ ਰਹੇ ਨੇ, ਪਰ ਜਦੋਂ ਉਹ ਜ਼ਿੰਦਗੀ ਦੇ ਟਕਾ ਦੇ ਵਿੱਚ ਆਏ ਤਾਂ ਆਪਣੇ ਕੰਮ ਵੱਲ ਉਹਨਾਂ ਨੇ ਧਿਆਨ ਦਿੱਤਾ, ਤਾਂ ਉਹ ਕਰਤਾਰਪੁਰ ਸਾਹਿਬ ਵਿਖੇ ਰਹਿ ਕੇ ਦਿੱਤਾ। ਕਰਤਾਰਪੁਰ ਸਾਹਿਬ ਵਿਖੇ ਉਹਨਾਂ ਨੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਿੱਤੀ। ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਜੀ ਬਣਾਇਆ ਉਹਨਾਂ ਨੂੰ, ਅਸੀਂ ਕਹਿ ਸਕਦੇ ਹਾਂ
ਕਿ ਕਰਤਾਰਪੁਰ ਸਾਹਿਬ ਦੀ ਧਰਤੀ ਭਾਗਾਂ ਭਰੀ ਹੈ। ਇੱਥੇ ਬਹੁਤ ਸਾਰੇ ਇੱਦਾਂ ਦੇ ਕਾਰਜ ਹੋਏ ਜਿਨ੍ਹਾਂ ਨੇ ਸਿੱਖ ਧਰਮ ਦਾ ਮੁੱਢ ਬੰਨਿਆ ਅਤੇ ਇਨਸਾਨੀਅਤ ਦੇ ਜਿੱਥੋਂ ਸੁਨੇਹੇ ਮਿਲੇ। ਕਈ ਲੋਕ, ਮੈਂ ਸਾਰੇ ਲੋਕ ਨਹੀਂ ਕਹਾਂਗਾ, ਕਈ ਲੋਕ ਇਸ ਗੱਲ ਦੇ ਵਿੱਚ ਵੀ ਉਲਝੇ ਹੋਏ ਨੇ ਕਿ ਜੋ ਇਹ ਹੁਣ ਲਾਂਘਾ ਖੁੱਲ੍ਹ ਰਿਹਾ, ਇਹ ਲਾਂਘਾ ਲੋਕਾਂ ਨੂੰ, ਕਈਆਂ ਨੂੰ ਇਹ ਲੱਗਦਾ ਕਿ ਲਾਂਘਾ ਨਨਕਾਣਾ ਸਾਹਿਬ ਜਾਂਦਾ, ਪਰ ਦਰਅਸਲ ਇਹ ਲਾਂਘਾ ਜੋ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਂਦਾ, ਜੋ ਕਰਤਾਰਪੁਰ ਪਹਿਲਾਂ ਗੁਰਦਾਸਪੁਰ ਦਾ ਹਿੱਸਾ ਹੋਇਆ ਕਰਦਾ ਸੀ। ਕਿਸੇ ਨੇ ਤਾਂ ਇਹ ਵੀ ਅੰਦਾਜ਼ਾ ਨਹੀਂ ਲਾਇਆ ਸੀ ਕਿ ਭਾਰਤ ਪਾਕਿਸਤਾਨ ਨੂੰ ਵੰਡੇ ਜਾਣਗੇ, ਪਰ ਜੇ ਕਿਸੇ ਨੇ ਇਹ ਅੰਦਾਜ਼ਾ ਲਾਇਆ ਸੀ, ਉਸਨੇ ਇਹ ਅੰਦਾਜ਼ਾ ਨਹੀਂ ਲਾਇਆ ਸੀ ਕਿ ਜੋ ਡੇਰਾ ਬਾਬਾ ਨਾਨਕ ਜੋ ਭਾਰਤ ਦੇ ਵਿੱਚ ਸਥਿਤ ਹੈ, ਉਹਦੇ ਨਾਲੋਂ ਕਰਤਾਰਪੁਰ ਸਾਹਿਬ ਅਲੱਗ ਹੋ ਜਾਣਗੇ, ਵਿੱਚ ਸਰਹੱਦ ਬਣਦੀ ਹੈ, ਵਿੱਚ ਰਾਵੀ ਨਦੀ ਪੈਂਦੀ ਹੈ, ਤਾਂ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਦੂਜੇ ਪਾਸੇ ਰਹਿ ਜਾਂਦਾ। ਇਸ ਤੋਂ ਪਹਿਲਾਂ 2004 ਤੋਂ ਲੈ ਕੇ BSF ਨੇ ਉੱਥੇ ਦੂਰਬੀਨ ਲਾਤੀ ਸੀ ਡੇਰਾ ਬਾਬਾ ਨਾਨਕ ਵਿਖੇ, ਤਾਂ ਜੋ ਪੰਜਾਬੀ ਸਿੱਖ ਸੀਗੇ ਜੋ ਭਾਰਤ ਦੇ ਵਿੱਚ ਰਹਿੰਦੇ ਸੀ, ਉਹ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਸੀ। ਪਰ ਹੁਣ ਸਿੱਖਾਂ ਵਾਸਤੇ ਬਹੁਤ ਚੰਗੀ ਖਬਰ ਹੈ, ਬੜੀ ਖੁਸ਼ੀ ਦੀ ਖਬਰ ਹੈ ਕਿ ਸਿੱਖਾਂ ਨੂੰ ਉੱਥੇ ਜਾਣ ਦਾ ਮੌਕਾ ਮਿਲੇਗਾ। ਪਰ ਕਈ ਲੋਕ ਇਸ ਗੱਲ ਦੇ ਵਿੱਚ ਵੀ ਕਨਫਿਊਜ਼ ਨੇ, ਉਲਝੇ ਹੋਏ ਨੇ ਕਿ ਸ਼ਾਇਦ ਇਹ ਰਸਤਾ ਨਨਕਾਣਾ ਸਾਹਿਬ ਨੂੰ ਜਾ ਰਿਹਾ। ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਹੋਰਾਂ ਦਾ ਜਨਮ ਹੋਇਆ ਸੀ, ਬਚਪਨ ਬੀਤਿਆ ਸੀ। ਉਸ ਤੋਂ ਬਾਅਦ ਥੋੜ੍ਹੇ ਵੱਡੇ ਹੋਣ ਤੋਂ ਬਾਅਦ ਉਹ ਦੁਨੀਆ ਦੀ ਸੈਰ ਦੇ ਵਿੱਚ ਨਿਕਲ ਗਏ ਸੀ, ਚਾਰੋਂ ਉਦਾਸੀਆਂ ਕੀਤੀਆਂ ਅਤੇ ਆਖਰੀ ਸਮਾਂ ਉਹ ਕਰਤਾਰਪੁਰ ਸਾਹਿਬ ਵਿਖੇ ਆਏ। ਮਤਲਬ ਇਹ ਕਹਿ ਸਕਦੇ ਕਿ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਪਿਆ, ਅਤੇ ਪਾਕਿਸਤਾਨ ਦੀ ਸਰਕਾਰ ਨੇ ਸਾਡੇ ਲੋਕਾਂ ਦੇ ਨਾਲ ਮਿਲ ਕੇ ਜੋ ਫੈਸਲਾ ਲਿਆ ਹੈ ਕਿ ਸਿੱਖਾਂ ਨੂੰ ਉੱਥੇ ਜਾਣਾ ਚਾਹੀਦਾ, ਸਾਡੇ ਸਿੱਖ ਧਰਮ ਦੇ ਬਾਨੀ, ਇਨਸਾਨੀਅਤ ਧਰਮ, ਜਿਹੜਾ ਧਰਮ ਇਨਸਾਨੀਅਤ ਦਾ, ਉਸ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਗ੍ਹਾ 'ਤੇ ਜਾਣ ਦਾ ਮੌਕਾ ਦਿੱਤਾ। ਇਹ ਇੱਕ ਬੜੀ ਵੱਡੀ ਗੱਲ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ। ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਬਣੇ ਇੱਕ ਚਬੂਤਰੇ ਦੇ ਵਿੱਚ ਇੱਕ ਬੰਬ ਪਿਆ। ਦੱਸਿਆ ਜਾਂਦਾ ਕਿ ਇਹ ਬੰਬ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਵਿੱਚ ਗੁਰਦੁਆਰਾ ਸਾਹਿਬ ਕੋਲ ਡਿੱਗਿਆ ਸੀ, ਪਰ ਫਟਿਆ ਨਹੀਂ। ਲੋਕ ਕਹਿੰਦੇ ਨੇ ਕਿ ਬੰਬ ਦਾ ਨਾ ਫਟਣਾ ਵੀ ਗੁਰੂ ਨਾਨਕ ਦਾ ਇੱਕ ਚਮਤਕਾਰ ਹੈ। ਉਹ ਬੰਬ ਨੂੰ ਉਸੇ ਤਰ੍ਹਾਂ ਚਬੂਤਰੇ ਦੇ ਵਿੱਚ ਰੱਖਿਆ ਗਿਆ ਅਤੇ ਲੋਕ ਉਸ ਬੰਬ ਨੂੰ ਵੀ ਦੇਖਣ ਜਾਂਦੇ ਨੇ। ਕਹਿ ਰਹੇ ਤਾਂ ਖਬਰ ਬਹੁਤ ਚੰਗੀ ਹੈ ਕਿ ਸਾਡੇ ਲੋਕ ਉੱਥੇ ਜਾ ਸਕਦੇ ਨੇ, ਪਰ ਉਸਦੇ ਵਿਚਾਲੇ ਜੋ ਸਿਆਸਤਾਂ ਹੋ ਰਹੀਆਂ ਨੇ, ਜੋ ਸਟੇਜਾਂ ਪਿੱਛੇ ਲੜਾਈਆਂ ਹੋ ਰਹੀਆਂ ਨੇ, ਸ਼ਾਇਦ ਇਹਨਾਂ ਨੂੰ ਵੇਖ ਕੇ ਬਾਬਾ ਨਾਨਕ ਜੇਕਰ ਦੇਖਦਾ ਹੋਏਗਾ ਤਾਂ ਖੁਸ਼ ਨਹੀਂ ਹੁੰਦਾ ਹੋਏਗਾ। ਕਿਉਂਕਿ ਬਾਬੇ ਨਾਨਕ ਨੇ ਸਾਨੂੰ ਇੱਕ ਸਿੰਪਲ ਲਿਵਿੰਗ ਸਿਖਾਈ ਸੀ, ਇੱਕ ਸਾਦਾ ਜੀਵਨ ਸਿਖਾਇਆ ਸੀ, ਚੰਗੀ ਸਿੱਖਿਆ ਦਿੱਤੀ ਸੀ, ਨਾ ਕਿ ਇੱਕ ਦੂਜੇ 'ਤੇ ਚੁੱਕੜ ਸੁੱਟਣ ਦੀ, ਨਾ ਕਿ ਸਿਆਸਤਾਂ ਕਰਨ ਦੀ। ਇੱਕ ਫਕੀਰੀ ਦਾ ਜੀਵਨ ਜੀਣ ਵਾਲੀ ਇੱਕ ਸਿੱਖਿਆ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤੀ ਸੀ। ਸਿਆਸਤਦਾਨਾਂ ਨੂੰ ਸਿਆਸਤ ਕਰਨ ਦਿਓ, ਪਰ ਜੋ ਆਮ ਲੋਕ ਨੇ, ਸਾਡੇ ਵਰਗੇ ਜੋ ਆਮ ਲੋਕ ਨੇ, ਇਹਨਾਂ ਦਾ ਸੱਚਮੁੱਚ ਦਿਲ ਕਰਦਾ ਗੁਰੂ ਨਾਨਕ ਦੇਵ ਜੀ ਦੀ ਉਸ ਜਗ੍ਹਾ ਦੇ ਉੱਤੇ ਜਾਣ ਦਾ, ਉਹ ਦਿਲ ਦੇ ਵਿੱਚ ਫਕੀਰੀ ਲੈ ਕੇ ਜਾਣ ਅਤੇ ਉਸ ਫਕੀਰ ਦੀ ਜਗ੍ਹਾ ਦੇ ਵਿੱਚ ਫਕੀਰੀ ਦੇ ਨਾਲ ਦਿਲ ਸਿਰ ਝੁਕਾ ਕੇ ਆਉਣ, ਅਤੇ ਤਾਂ ਜੋ ਗੁਰੂ ਨਾਨਕ ਦੀ ਸਿੱਖਿਆ ਜੋ ਉਹਦਾ ਸਾਨੂੰ ਸਹੀ ਮੁੱਲ ਪੈ ਸਕੇ, ਜਿਨ੍ਹਾਂ ਨੇ ਸਾਦਾ ਜੀਵਨ ਅਤੇ ਸਾਦੀ ਜ਼ਿੰਦਗੀ ਦਾ ਸਾਨੂੰ ਸੁਨੇਹਾ ਦਿੱਤਾ ਸੀ। ਗੁਰੂ ਨਾਨਕ ਦੇ ਜੋ ਨਾਮ ਲੈਣ ਵਾਲੇ ਨੇ, ਸਮੁੱਚੀ ਇਨਸਾਨੀਅਤ ਜਿਉਂਦੀ ਵੱਸਦੀ ਰਹੇ, ਅਤੇ ਇੱਦਾਂ ਹੀ ਜੋ ਹਰ ਇੱਕ ਦੇਸ਼ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਦੇਸ਼ ਦਾ ਜਿੱਦਾਂ ਸਿੱਖ ਤਰਸਦੇ ਸੀਗੇ ਕਰਤਾਰਪੁਰ ਸਾਹਿਬ ਜਾਣ ਨੂੰ, ਦੁਨੀਆ ਦੇ ਵਿੱਚ ਕਿਤੇ ਵੀ ਅਗਰ ਕੋਈ ਸ਼ਰਧਾਲੂ ਆਪਣੇ ਗੁਰੂ ਕੋਲ ਜਾਣ ਨੂੰ ਤਰਸਦਾ, ਕੋਈ ਵੀ ਸ਼ਰਧਾਲੂ ਆਪਣੇ ਗੁਰੂ ਦੀ ਦਰਸ਼ਨ ਕਰਨ ਨੂੰ ਤਰਸਦਾ, ਤਾਂ ਉਹਦੇ ਵਿੱਚ ਸਰਕਾਰਾਂ, ਸਿਆਸਤਾਂ ਅਤੇ ਸਰਹੱਦਾਂ ਕਦੇ ਵੀ ਮਤਲਬ ਰੋੜਾ ਨਾ ਬਣਨ, ਰਾਹ ਦੇ ਵਿੱਚ ਇਹ ਸਾਡੀ ਦੁਆ ਹੈ।